ਕੰਪਲੇਂਟ ਕਿਸ ਬਾਹਰਲੀ ਗੱਡੀ ਭਾਜੀ ਬਾਹਰਲੀ ਗੱਡੀ ਇੱਕੋ ਇੱਕੋ ਗੱਡੀ ਜੇ ਇਹ ਕਹਿ ਜੇ ਭਾਈ ਪੂਰੇ ਪ੍ਰੂਫ ਹੈ ਪੂਰੇ ਬਾਹਰਲੀ ਗੱਡੀ ਹੈ ਸੂਟ ਵਿੱਚ ਪੇ ਪਰਨੇ ਵਿੱਚ ਪੇ ਬਾਹਰਲੇ ਬੰਦੇ ਆ ਕੇ ਆਮ ਆਦਮੀ ਪਾਰਟੀ ਦੇ ਸੂਟ ਵਰਡ ਦੇ ਇੱਥੇ ਹੈ ਇੰਨੇ ਗੁੰਡਾ ਵਰਦੀ ਕੋਈ ਨੀ ਕੋਈ ਆਇਓ ਭਾਜੀ 15 ਸੂਟ ਕਿੱਥੇ ਦਿਖਾ ਰਹੇ ਆ ਪੂਰੇ ਵੀਡੀਓ ਪ੍ਰੂਫ ਪੇ ਹੈ ਪੂਰੇ ਵੀਡੀਓ ਪ੍ਰੂਫ ਪੇ ਪਿੱਛੇ ਪਿੱਛੇ ਪੇ ਭਾਈ ਬੰਦਾ ਮਾਰਨ ਲੱਗੇ ਸੀ ਬੰਦਾ ਮਾਰਨ ਲੱਗੇ ਸੀ ਸਾਡੇ ਏਸੀ ਦਾ ਰੋਸ਼ ਆ ਇੰਨੀ ਗੁੰਡਾ ਗੰਦੀ ਆ ਆਮ ਆਦਮੀ ਦੋ ਮਿੰਟ ਰਾਮ ਆਹ ਪਿੱਛੇ ਸੂਰਤ ਖਾਈਏ ਆ ਜਾਓ ਪਿੱਛੇ ਸੂਰਤ ਸਾਹਮਣੇ ਗੱਡੀ ਖਵਾਓ ਸਾਡੇ ਸ਼ਰਾਬ ਪਈ ਹੋਈ ਗੁੰਡਾ ਗਰਦੀ ਚਲਦੀ ਪਈ ਆ ਮਨ ਵਾਟੇ ਦੀ ਸ਼ਰਾਬ ਦੇ ਠੇਕੇ ਬੰਦ ਸ਼ਰਾਬ ਹੀ ਵੀਡੀਓ ਬਣਾ ਗੱਡੀ ਨੂੰ ਚੈੱਕ ਕਰੋ ਭਾਈ ਸ਼ਰਾਬ ਦੀਆਂ ਪੇਟੀਆਂ ਵੀਡੀਓ ਸ਼ਰਾਬ ਦੀ ਪੇਟੀਆਂ ਸੂਟ ਸ਼ਰਾਬ ਮੌਕੇ ਤੇ ਸ਼ਰਾਬ ਮੌਕੇ ਦਿਖਾ ਯਾਰ ਕਿਤੇ ਸ਼ਰਾਬ ਹੈ ਕਿਤੇ ਸੂਟ ਹੈ ਕਿਤੇ ਨੋਟਾਂ ਦੇ ਬੰਡਲ ਸੂਟ ਜਿਹੜੇ ਪਏ ਹੋਏ ਨੇ ਨੋਟਾਂ ਦੇ ਬੰਡਲ ਸ਼ਰਾਬ ਹੈ ਸੂਟ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਵੰਡੀ ਜਾ ਰਿਹਾ ਦੇਖੋ ਜੀ ਆਮ ਆਦਮੀ ਪਾਰਟੀ ਦੇ ਪਰਨੇ ਸ਼ਰਾਬ ਦੀ ਪੇਟੀਆਂ ਜਿਹੜੀ ਕਾਰ ਦੇ ਵਿੱਚ ਹੈ ਸ਼ਰੇਆਮ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਲੰਧਰ ਰਿਕੁਐਸਟ ਦੇ ਧੱਕਾ ਚੱਲ ਰਿਹਾ ਜੀ
ਮੌਕੇ ਤੇ ਗੱਡੀ ਖੋਲੀ ਜਾ ਰਹੀ ਹੈ। ਇੱਧਰ ਵੱਡਾ ਦਿਖੀਰਾ ਹੋਣਾ ਗਿਆ, ਵੱਡਾ ਦਿਖੀਰਾ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜਾ ਵੱਡੀਆਂ ਤਸਵੀਰਾਂ ਤਾਂ ਸੰਜੇ ਕਹਿੰਦੇ ਗੱਡੀ ਵੱਡੀ ਕਾਰਵਾਈ ਮੁਰਦਾਬਾਦ ਗੱਡੀ ਖੋਲ ਕੇ ਦੇਖੋ ਨਾ ਕੀ ਹੈਗਾ, ਮੈਨੂੰ ਨਾਲ ਲੈ ਕੇ ਜਾਓ। ਗੱਡੀ ਨੀ ਜਾਣੀ, ਗੱਡੀ ਖੋਲ ਕੇ ਦਿਖਾਓ ਕੀ ਹੈਗਾ। ਕੋਰਟ ਲੱਗਾ ਪਿਆ, ਵਿੱਚ ਦਾਰੂ ਪਈ ਹੋਈ ਹੈ। ਸਾਰੇ ਪਿੱਛੇ ਹੋ ਜਾਓ। ਗੱਡੀ ਖੋਲ ਕੇ ਚੈੱਕ ਕੀਤੀ ਜਾ ਲੱਗੀ ਹੈ, ਸ਼ਰਾਬ ਦੀਆਂ ਬੋਤਲਾਂ ਮੌਕੇ ਤੇ ਖਲਵਾਉਣਾ ਲਾਈਵ। ਗੱਡੀ ਨੀ ਜਾਣ ਦੇਣੀ, ਗੱਡੀ ਖਲਵਾਈ ਜਾਵੇ। ਪ੍ਰਸ਼ਾਸਨ ਗੱਡੀ ਸਟਾਰਟ ਹੋ ਗਈ ਹੈ ਜੀ, ਗੱਡੀ ਸਟਾਰਟ ਹੋ ਗਈ ਹੈ ਜੀ। ਸ਼ਰਾਬ ਦੀ ਪੇਟੀ ਪਈ, ਸੂਟ ਪਏ ਹੋਏ ਜੀ ਵਿੱਚ। ਕਈ ਨਗਰ ਤੋਂ ਜਿਹੜਾ ਬੰਦਾ ਮਰ ਲੱਗਾ ਸੀ, ਇਸ ਬੰਦੇ ਨੇ ਐਮਐਲਏ ਦਾ ਬੰਦਾ ਜੀ ਹੈ ਪਟਿਆਲੇ ਦਾ, ਬਿਲਕੁਲ ਸ਼ਰਾਬ ਵਿੱਚ ਪਈ, ਸੂਟ ਵਿੱਚ ਪਏ ਭਾਈ। ਗੱਡੀ ਚੜ ਲੱਗਾ ਜੀ, ਬੰਦਾ ਮਰਨ ਲੱਗਾ ਜੀ, ਪੂਰੇ ਗਰੁੱਪ ਦੇ ਪੂਰੇ ਗਰੁੱਪ ਦਾ ਗੱਡੀ ਬੰਦਾ ਮਰਨ ਲੱਗਾ ਜੀ ਪੂਰਾ। ਆਹ ਗੱਡੀ ਗੁੱਡਾ ਸਰ ਬੰਦਾ ਮਰ ਲੱਗਾ ਮਰ ਜਾਂਦਾ ਫੇਰ ਬੰਦਾ ਮਾਰ ਕੇ ਥੱਲੇ ਦੇ ਲੱਗਾ ਉਹ ਬੰਦਾ ਮਾਰ ਕੇ ਥੱਲੇ ਦੇ ਲੱਗਾ ਉਹਨੂੰ ਮੇਰੀ ਮਾਂ ਜੀ ਪਰਚਾ ਦੋ। ਬੰਦਾ ਮਰ ਲੱਗਾ ਤੁਸੀਂ ਕਹਿੰਦੇ ਵੈਰੀਫਾਈ ਕਰਨਾ। ਖੋਲੋ ਵੈਰੀਫਾਈ, ਖੋਲੋ ਗੱਡੀ, ਖੋਲੋ ਗੱਡੀ। ਬੰਦਾ ਮਰ ਲੱਗਾ ਜੀ, ਬੰਦਾ ਜਿੰਦਾਬਾਦ। ਹੰਗਾਮਾ ਹੋਇਆ ਕਾਫੀ।
ਆਮ ਆਦਮੀ ਪਾਰਟੀ ਦੇ ਕੁੰਡਾ ਭੇਜਿਆ
ਅੱਜ ਪੰਜਾਬ ਪੁਲਿਸ ਨੂੰ ਸਾਈਬਰ ਦੇ ਅੱਗੇ ਕੰਨੀ ਦੇ ਅੰਦਰ ਬਿਠਾ ਕੇ ਇਕੱਠੀ ਆ। ਇਹਦੇ ਨਾਲ ਤੇ 100 ਬੰਦੇ ਹੋਰ ਭਾਈ ਗੱਡੀ ਚ ਬਹਿ ਕੇ MLA ਨੂੰ ਫੋਨ ਕਰਦਾ ਪਿਆ। ਵੀਡੀਓ ਬਣੀ ਵੀ MLA ਆਮ ਆਦਮੀ ਪਾਰਟੀ ਦੇ MLA ਨੂੰ ਫੋਨ ਕਰਦਾ ਪਿਆ, ਗੱਡੀ ਚ ਬਹਿ ਕੇ ਵੀਡੀਓ ਬਣੀ ਆ ਜੀ। ਉਹ ਮਰਦਾ ਲੱਗਾ ਸੀ, ਇਹਨੂੰ ਥੱਲੇ ਦੇ ਲੱਗਾ ਸੀ ਮੁੰਡੇ ਨੂੰ। ਇਹਨੂੰ ਥੱਲੇ ਦੇ ਲੱਗਾ ਸੀ, ਥੱਲੇ ਦੇ ਲੱਗਾ ਸੀ। ਆ ਪਿੱਛੇ ਭਾਜੀ ਖੜੇ ਆ, ਆ ਵੀਡੀਓ ਬਣੀ ਆ ਮੁੰਡਾ। ਜਿੱਦਾਂ ਗੱਡੀ ਤੇ ਰਹੀ ਬੰਦੇ ਮਾਰਦੇ ਨੇ ਇਹਨੇ, ਪੂਰੇ ਪੂਰੀ ਵੀਡੀਓ ਬਣੀ ਵੀ ਇਹ ਪੂਰੀ ਵੀਡੀਓ ਬਣੀ ਵੀ ਜਿੰਨੀ ਇਹਨੇ ਗੱਡੀ ਤੇ ਰਹੀ ਹੈ ਵਿੱਚ ਆਰਾਮ ਨਾਲ ਬੈਠਾ ਬਹਿ ਕੇ। ਆਹ ਦੇਖੋ ਜੀ, ਇਹ ਗ੍ਰੈਂਡ ਫੇਅਰ ਦੀ ਪੇਟੀ, ਗ੍ਰੈਂਡ ਫੇਅਰ ਦੀ ਪੇਟੀ ਹੈ ਆਮ ਆਦਮੀ ਪਾਰਟੀ ਦੇ ਝੰਡੇ। ਤੇ ਇਹ ਦੇਖੋ ਜੀ, ਇਹ ਸੂਟ ਜਿਹੜੇ ਬਣਦੇ ਪਏ, ਸਿੱਧੀਆਂ ਤਸਵੀਰਾਂ ਦਿਖਾਈ ਜਾ ਰਹੀਆਂ, ਕਿੱਦਾਂ ਸ਼ਰਿਆ ਪ੍ਰਸ਼ਾਸਨ ਨਾਲ ਵੇਖ ਕੇ ਧੱਕਾ ਕਰ ਦਿੱਤਾ ਜਾਂਦਾ ਆਮ ਆਦਮੀ ਪਾਰਟੀ ਵੱਲੋਂ। ਕਿੰਨੀ ਗੁੰਡਾਗਰਦੀ ਜਿਹੜੀ ਜਲੰਧਰ ਸ਼ਹਿਰ ਦੇ ਵਿੱਚ ਹੋ ਰਹੀ ਹੈ ਦੇਖੋ, ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ। MLA ਦਾ ਬੰਦਾ ਹੀ ਅੰਦਰ ਹੈ, ਬੰਦਾ ਅੰਦਰ ਹੀ ਹੈ। ਇਹ ਦੇਖੋ ਜੀ, ਆਮ ਆਦਮੀ ਪਾਰਟੀ ਦੇ ਵਰਕਰ ਦਾਰੂ ਗੱਡੀ ਚ ਪਈ, ਸੂਟ ਵਿੱਚ ਪਏ। ਦੇਖੋ ਟੀਵੀ ਗਿਆ ਗੱਡੀ, ਸ਼ਰਾਬ ਪਈ ਹੈ ਇਹ ਸੀਟ ਦੇ ਥੱਲੇ ਪਈ, ਇਹ ਗ੍ਰੈਂਡ ਫੇਅਰ ਦੀ ਪੇਟੀ ਪਈ ਹੋਈ ਦੇਖੋ। ਭਾਜੀ ਲੱਥ ਕੇ ਆ ਜਾਓ ਅੱਗੇ।
ਹਜੇ ਕਹਿੰਦੇ ਵੈਰੀਫਾਈ ਕਰਨੀ ਵੀਡੀਓ ਪਈ, ਬੰਦਾ ਮਾਰਨ ਲੱਗਾ ਸੀ ਉਹ ਵੀ ਵੈਰੀਫਾਈ ਕਰਨਾ ਇਹਨਾਂ ਨੇ, ਸ਼ਰਾਬ ਵਿੱਚ ਪਈ ਹੋਈ ਹੈ। ਕਰੋ ਜਿਹੜੇ ਬੰਦੇ ਨੇ ਗੱਡੀ ਜਾਣ ਲੱਗੀ ਵੀਡੀਓ ਬਣੀ ਉਹ ਵੀ ਕੋ ਉਹ ਵੀ ਕਾਰਵਾਈ ਕਰੇ, ਕਿਹੜਾ ਮੇਰੀ ਨਹੀਂ ਕਰਨਾ ਇਹਨਾਂ ਨੇ। ਸਾਡੀਆਂ ਭਾਵਨਾ ਨੂੰ ਠੇਸ, ਜਿਹੜਾ ਸੈਂਟਰ ਦਾ ਗੱਡੀ ਕਿੱਥੇ ਚਲਾਣੀ ਕੋਈ ਨੀ, ਵਿੱਚ ਕੌਣ ਬੈਠਾ? ਦੋ ਮਿੰਟ ਖੜੇ ਹੋਵੋ, ਗੱਡੀ ਵੈਰੀਫਾਈ ਕਰਾਓ, ਗੱਡੀ ਚੈੱਕ ਕਰਾਓ ਪਹਿਲੇ, ਗੱਡੀ ਖੋਲ ਕੇ ਚੈੱਕ ਕਰਾਓ ਕੀ ਹੈਗਾ, ਦਣੀ ਦਣਾਣੀ ਗੱਡੀ ਚੈੱਕ ਕਰਾਓ ਖੋਲ ਕੇ, ਜਿਹੜੀ ਦਾਰੂ ਪਰਚਾ ਪਾਓ ਵਾਲੇ ਤੇ, ਵੈਰੀਫਾਈ ਤੁਸੀਂ ਕਰਨੀ ਹੈ, ਧੱਕਾ ਨੀ ਕਰਨਾ, ਲਿਆ ਗੱਡੀ ਅੱਗੇ ਲਾ, ਉੱਥੇ ਤੇ ਲਾ ਕੇ ਗੱਡੀ ਲਾ, ਦੇਖੋ ਕਿੱਦਾਂ ਲਾ ਕੇ ਜਾਂਦੇ ਪਹਿਲੇ, ਗੱਡੀ ਖਿਲਾ ਕੇ ਚੈੱਕ ਕਰਾਓ ਪਹਿਲਾਂ, ਗੱਡੀ ਖਿਲਾ ਕੇ, ਗੱਡੀ ਪਿੱਛੇ ਦਾਰੂ ਪਈ ਹੈ। ਗੱਡੀ ਦੜਾਣਾ ਪਹਿਲ ਤੂੰ ਜਾ ਜੀ, ਕੋਈ ਗੱਲ ਨੀ, ਆਰਾਮ ਨਾਲ ਖੜਾ ਰਹੇ ਤੁਸੀਂ, ਅੱਗੇ ਆ ਜਾਓ, 40 ਮਿੰਟ ਦਾ ਗੱਡੀ ਨੀ ਜਾਣ, ਚੈੱਕ ਕਰੋ ਖੋਲ ਕੇ ਪਹਿਲੇ, ਸ਼ਰਾਬ ਦੀ ਪੇਟੀ ਵਿੱਚ ਪਈ ਹੈ ਜੀ, ਚੈੱਕ ਕਰਾਓ ਸਭ ਕੁਝ ਗੈਪ ਹੋਇਆ ਨੀ ਇੱਥੇ, ਗੱਡੀ ਪਹੁੰਚ ਕੇ ਗੱਡੀ ਨੂੰ ਜਾਣ ਦੇਣੀ ਅੱਧਾ ਚੈੱਕ ਕਰਾਓ, ਗੱਡੀ ਖੋਲੋ, ਗੱਡੀ ਚੈੱਕ ਕਰਾਓ ਭਾਜੀ।
ਪੁਲਿਸ ਕੋਈ ਕਾਰਵਾਈ ਨਹੀਂ ਕਰਦੀ, ਪੁਲਿਸ ਮਿਲੀ ਖੋਲੋ ਖੋਲੋ ਗੱਡੀ ਖੋਲੋ ਪਿੱਛੇ ਕੋਈ ਨੀ ਪੈਂਦਾ ਕੋਈ ਨੀ ਪੈਂਦਾ ਆਹ ਦੇਖੋ ਉਹ ਦੇਖੋ ਗੱਡੀ ਬੰਦ ਕਰਤੀ ਲੋਕ ਕਰਤਾ ਲਾ ਗਏ ਨੇ ਗੱਡੀ ਲੋਕ ਸ਼ੀਸ਼ਾ ਖੋਲੋ ਨਾ ਸ਼ੀਸ਼ਾ ਪੀ ਉਹ ਦੇਖੋ ਸੂਟ ਸ਼ੀਸ਼ਾ ਥੱਲੇ ਕਰ ਲੋ ਸ਼ੀਸ਼ਾ ਥੱਲੇ ਕਰ ਲੋ ਵੀਰ ਜੀ ਤੁਸੀਂ ਕਹੋ ਡੀਐਸਪੀ ਸਾਹਿਬ ਸ਼ੀਸ਼ਾ ਥੱਲੇ ਕੋਈ ਖਰਾਬੀ ਨਹੀਂ ਹੁੰਦੀ ਸ਼ੀਸ਼ਾ ਰੋਜ਼ ਇੱਧਰ ਰੋਜ਼ ਨੂੰ ਆ ਦੇਖੋ ਰਾਸ਼ਨ ਸ਼ਰਾਬਾਂ ਤੇਲ ਭਾਜੀ ਸ਼ੀਸ਼ਾ ਥੱਲੇ ਕਰਕੇ ਦੱਸੋ ਸ਼ੀਸ਼ਾ ਥੱਲੇ ਕਰੋ ਸ਼ੀਸ਼ਾ ਥੱਲੇ ਕਰ ਭਾਈ ਉਹ ਸ਼ੀਸ਼ਾ ਥੱਲੇ ਕਰ ਪਿਓ ਦੇ ਪੁੱਤਰਾ ਸ਼ੀਸ਼ਾ ਥੱਲੇ ਕਰੋ ਬਾਈ ਭਾਈ ਤੁਹਾਨੂੰ ਕੀ ਲੱਗਦਾ ਸ਼ੀਸ਼ੇ ਪਿੱਛੇ ਵੀ ਖੋਲੋ ਪਿੱਛੇ ਵੀ ਖੋਲੋ ਪਿੱਛੇ ਵੀ ਵੈਰੀਫਾਈ ਕਰੋ ਸੂਟ ਹੈ ਔਰ ਬੜਾ ਕੁਛ ਹੈ ਥੱਲੇ ਨੀ ਕਰਦਾ ਮੈਂ ਸ਼ੀਸ਼ਾ ਹੁਣ ਜਿਹੜੇ ਕਿ ਅਧਿਕਾਰੀ ਨੇ ਵਿੱਚ ਬੈਠੇ ਹੋਏ ਨੇ ਪ੍ਰਸ਼ਾਸਨ ਦੇ ਕੋਈ ਗੱਲ ਨੀ ਉਹ ਦੇਖ ਉਹ ਥੱਲੇ ਦੇਖ ਉਹ ਥੱਲੇ ਦੇਖ ਆ ਮੈਂ ਇਧਰੋਂ ਦਿਖਾਵਾਂ ਵੀਰ ਉਹ ਥੱਲੇ ਦੇਖ ਵੀ ਥੱਲੇ ਉਹ ਥੱਲੇ ਦਾਰੂ ਦੀ ਪੇਟੀ ਪਈ ਦਿਖਦੀ ਨੀ ਵਿਆਣਾ ਨੂੰ ਉਹ ਦਾਰੂ ਦੀ ਪੇਟੀ ਲੱਭਦੀ ਨੀ ਵਿਆਣਾ ਨੂੰ ਪਿੱਛੇ ਹੀ ਆ ਭਾਜੀ ਕੋਈ ਨੀ ਕੋਈ ਨੀ ਆਰਮਾ ਦੇ ਲੋਕੋ ਕਿਉਂ ਦੇਖੋ ਆਹ ਦੇਖੋ ਲਿਖਿਆ ਹਰੇ ਕਾ ਸਾਰਾ ਬਾਬਾ ਸ਼ਾਹ ਮਹਾਰਾਜ ਸ਼੍ਰੀ ਸ਼ਾਮ ਲਿਖ ਕੇ ਖਾਟੂ ਸ਼ਾਮ ਜੀ ਦਾ ਚਿੰਨ ਲਗਾ ਕੇ ਔਰ ਕਰਦੇ ਕੀ ਪਏ ਆ ਸ਼ਰਾਬ ਸਪਲਾਈ ਵਿੱਚ ਸ਼ਰਾਬ ਦੇ ਰਹੇ ਘਰ ਘਰ 295 ਲੱਗਣੀ ਚਾਹੀਦੀ ਇਹਨਾਂ ਤੇ ਗੱਡੀ ਖੋਲਦੇ ਨੀ ਭੇਜੇ ਉਹ ਦੇਖੋ ਦਾਰੂ ਦੀ ਬੇਟੀ ਪਈ ਹੈ ਜੀ ਉਹ ਦੇਖੋ ਉਹ ਦੇਖੋ 2 ਮਿੰਟ ਭਾਜੀ ਉਹ ਦੇਖੋ ਉਹ ਦੇਖੋ ਇਹਨਾਂ ਨੇ ਬੋਨਟ ਖੁਲਵਾ ਕੇ ਦੇਖੋ ਇੱਕ ਵਾਰੀ ਹੁਣ ਬਈ ਇਹਨਾਂ ਨੇ ਬੋਨਟ ਖੁਲਵਾ ਕੇ ਦੇਖੋ ਕੀ ਬਰੋਚ ਵੀ ਇਹਨਾਂ ਨੇ ਪੁੱਛਣਾ
ਮੁੰਡਾ ਥੱਲੇ ਦੇ ਲੱਗੇ ਸੀ ਗੱਡੀ ਵਾਲਾ ਚੜਾਈ ਜਾਂਦੇ ਖੋਲ ਕੇ ਦਿਖਾਈਏ ਗੱਡੀ ਦਾ ਖੋਲ ਦੱਸਦੀ ਸਟਿੱਕਰ ਲੱਗਾ ਉੱਪਰ ਆਰਮੀ ਦਾ ਸਟਿੱਕਰ ਲੱਗਾ ਉੱਪਰ ਅਮਲ ਗੱਡੀ ਦੇ ਕੇ ਨਹੀਂ ਯਾਰ ਨਸ਼ੇ ਆਪ ਬਣਾਉਂਦੇ ਇਹਨਾਂ ਨੇ ਕੀ ਖਤਮ ਕਰਨਾ ਸਵਾਲ ਆ ਤੁਹਾਡੇ ਅੱਗੇ ਪੁਲਿਸ ਦਾ ਕੀ ਰੋਲ ਹੈ ਪੁਲਿਸ ਕਿਉਂ ਨੀ ਕਾਰਵਾਈ ਕਰ ਰਹੀ ਭਗਵੰਤ ਮਾਨ ਸਾਡੇ ਨਾਲ ਉਧਰ ਸਾਡੇ ਗੱਡੀ ਨਾ ਜਾਣ ਦੋ ਗੱਡੀ ਨਾ 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 ਕੋਈ ਨਾ ਗੱਡੀ ਗੱਡੀ ਇੱਥੇ ਥੋੜੀ ਚੱਲ ਜੂਗੀ ਗੱਡੀ ਗੱਡੀ ਜਾਣ ਦੇਣੀ ਕਹਿੰਦੇ ਗੱਡੀ ਨੀ ਜਾਣ ਦੇਣੀ ਵੀਡੀਓ ਬਣਾ ਰਿਹਾ ਦੇਖੋ ਭੇਜਦੇ ਪੱਤਰਕਾਰ ਦੀ ਵੀਡੀਓ ਬਣਾ ਰਿਹਾ ਤੂੰ ਪੱਤਰਕਾਰਾਂ ਦੀ ਵੀਡੀਓ ਬਣਾ ਰਿਹਾ ਪੱਤਰਕਾਰਾਂ ਦੀ ਵੀਡੀਓ ਬਣਾ ਰਿਹਾ ਮੁਲਾਜ਼ਮ ਦੇਖੋ ਪੱਤਰਕਾਰਾਂ ਦੀ ਵੀਡੀਓ ਬਣਾ ਰਿਹਾ ਮੁਲਾਜ਼ਮ ਤੂੰ ਪੱਤਰਕਾਰਾਂ ਦੀ ਵੀਡੀਓ ਤੂੰ ਕੈਮਰਾ ਆਨ ਕੀਤਾ ਗੱਡੀ ਗੁੱਡੀ ਨੀ ਲੈਣੀ ਕੱਟ ਦੀ ਬਣਾਈ ਨਹੀਂ ਪੱਤਰਕਾਰਾਂ ਨੂੰ ਤੂੰ ਧੱਕਾ ਕਰੇਗਾ ਹੁਣ ਵੀਡੀਓ ਬਣਾ
ਗੁਰਪ੍ਰੀਤ ਸਿੰਘ ਜੀ ਜਿਹੜੇ ਜੀ ਪੱਤਰਕਾਰਾਂ ਦੀ ਵੀਡੀਓ ਬਣਾ ਰਹੇ ਗੁਰਪ੍ਰੀਤ ਸਿੰਘ ਜੀ ਜੋ ਕਿ ਵੀਡੀਓ ਬਣਾ ਰਹੇ ਨੇ ਭਾਜੀ ਵੀਡੀਓ ਬਣਾਈ ਤੁਸੀਂ ਡਿਲੀਟ ਬਣਾਈ ਕਿਉਂ ਭਾਜੀ ਡਿਲੀਟ ਕਰਕੇ ਬਣਾਈ ਕਰ ਲੈਣੀ ਹੈ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝਾ ਕਰ ਰਿਹਾ ਜਲੰਧਰ ਤੋਂ ਜਿੱਥੇ ਕਿ ਇੱਕ ਗੱਡੀ ਫੜੀ ਗਈ ਹੈ ਜਿਹੜੀ ਉਹਦੇ ਵਿੱਚ ਇਲਜ਼ਾਮ ਹੈ ਕਿ ਉਹਦੇ ਵਿੱਚ ਸੂਟ ਹੈ ਤੇ ਸ਼ਰਾਬ ਹੈ ਸੂਟ ਪੇ ਕੈਸ਼ ਵੀ ਦਾਰੂ ਦੀ ਪੇਟੀ ਪਈ ਹੈ ਜੀ ਅੰਦਰ ਹਜੇ ਕਈ ਨਾ ਕਰੇ ਬੰਦਾ ਮਾਰ ਕੇ ਆਇਆ ਥੱਲੇ ਕਾਰਵਾਈ